ਛੋਟੇ ਬੀਰੇ ਸੁਣੀ ਸੁਣਾਈ ਨੌਲੇਜ ਕਦੇ ਸ਼ੇਅਰ ਨਹੀਂ ਕਰੀਦੀ ਹੁੰਦੀ ਇਹ ਪਹਿਲਾਂ ਪਰਖੇ ਦਾ ਹੁੰਦਾ ਰਹੀਦਾ ਹੁੰਦਾ ਮੈਂ ਬਨਜਾਰਿਆਂ ਦੀ ਅੱਧੀ ਭਾਸ਼ਾ ਬੋਲ ਲੈਣਾ ਤੇ ਮੇਰੇ ਕੋਲੇ ਜਿੰਨੇ ਵੀ ਉਹਨਡੇ ਕੰਮ ਕਰਦੇ ਆ ਜਿਆਦਾ ਬਨਜਾਰਿਆਂ ਦੇ ਹੀ ਆ ਬਨਜਾਰਿਆਂ ਦੇ ਵਿੱਚ ਲੱਗ-ਲੱਗ ਕੈਟਾਗਰੀ ਆ ਜਾਤੀਵਾਦ ਦੇ ਉੱਤੇ ਮੈਂ ਗੱਲ ਨਹੀਂ ਕਰ ਰਿਹਾ ਬਟ ਇਹਨਾਂ 'ਚ ਵੀ ਜਾਤੀਵਾਦ ਆ ਇਹਨਾਂ 'ਚ ਵੀ ਲੱਗ-ਲੱਗ ਨਸਲਾਂ ਹੁਣ ਜੇ 1 2 3 4 ਸ਼ਬਦ ਆ ਜਿਸ ਤੈਨੂੰ ਐ ਲੱਗਦਾ ਵੀ ਸਾਡੀ ਪੰਜਾਬੀ ਭਾਸ਼ਾ ਚ ਲੈ ਗਏ ਤਾਂ ਇਹਦਾ ਮਤਲਬ ਕੁਰਦੀ ਵੀ 1 2 3 4 5 ਹੀ ਬੋਲਦੇ ਆ ਤੇ ਇਹਦਾ ਮਤਲਬ ਉਹ ਵੀ ਸਾਡੇ ਜਿਹਾ ਹੋਗੇ ਜਿਸ ਚਾਈ ਸੁਣੇਗਾ ਤਾਂ ਸੈਕੰਡ ਸੈਂਚਰੀ ਦੇ ਵਿੱਚ 3rd ਸੈਂਚਰੀ ਦੇ ਵਿੱਚ ਆਲਮੋਸਟ ਯੂਰਪ ਦੇ ਬਾਲਕਨ ਕੰਟਰੀਜ਼ ਦੇ ਵਿੱਚ ਬਹੁਤ ਸਾਰੇ ਲੋਕ ਆ ਉਹ ਇੰਡੀਆ ਤੋਂ ਕਨਵਰਟ ਹੋ ਕੇ ਇੱਥੇ ਪਹੁੰਚੇ ਸੀ ਠੀਕ ਹੈ ਨੇ ਪਰ ਬੰਜਾਰਿਆਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਬੰਜਾਰੇ ਸੀ ਜਿਹੜੇ ਰਾਜੇ ਪੋਰਸ ਨੇ ਅਲਕੰਦਰ ਨੂੰ ਹਰਾਉਣ ਤੋਂ ਬਾਅਦ ਹੁਣ ਇੱਥੇ ਵੀ ਸੋਚੇ ਕਿਉਂਕਿ ਤੂੰ ਪੜਿਆ ਸਕੰਦਰ ਨੇ ਪੋਰਸ ਨੂੰ ਹਰਾਇਆ ਝੂਠਾ ਜਦੋਂ ਈਰਾਨ ਨੂੰ ਵਾਪਸ ਆਇਆ ਤਾਂ ਉਹ ਹੁੰਜਾ ਘਾਟੀ 'ਚ ਹੀ ਰੁੱਕ ਗਏ ਆਲਰੇਡੀ ਤੁਸੀਂ YouTube ਦੇ ਉੱਤੇ ਹੁੰਜਾ ਘਾਟੀ ਲਿਖ ਸਕਦੇ ਆ 150 ਸਾਲ ਦੀ ਉਮਰ ਤੱਕ ਉਹਨਾਂ ਦੀ ਜ਼ਿੰਦਗੀ ਜਿਉਂਦੇ ਆ ਉਹ 120 ਸਾਲ ਦੀ ਉਮਰ ਤੱਕ ਉਹਨਾਂ ਦੀਆਂ ਜਨਨੀਆਂ ਬੱਚੇ ਪੈਦਾ ਕਰਦੀਆਂ ਕਿਸੇ ਵੀ ਪਾਕਿਸਤਾਨੀ ਨੂੰ ਪੁੱਛ ਲਾ ਤੇ ਕਿਸੇ ਜੇ ਪਾਕਿਸਤਾਨੀ ਤੋਂ ਨਹੀਂ ਪੁੱਛਣਾ ਤਾਂ ਇਦਾਂ ਕਰ ਵੀਰ ਤੁਹਾਨੂੰ ਜਿਉ ਟਿਊਬ ਤੇ ਹੁੰਜਾ ਘਾਟੀ ਲਗਲਾ ਇਹੇ ਲੋਕਾਂ ਦੀ ਆਤ ਕੀ ਆ ਮੇਰਾ ਦਾਦੂ ਮੇਰਾ ਉਥੋਂ ਦਾ ਸੀ ਫਲਾਨਾ ਉਥੋਂ ਦਾ ਸੀ ਅਲੈਗਜੈਂਡਰ ਸੈਕੰਡ ਸੈਂਚਰੀ ਚ ਗਿਆ ਸੀ ਜਿਸੂ ਮਸੀਹ ਵੀ ਨਹੀਂ ਸੀ ਪੈਦਾ ਹੋਇਆ ਉਦੋਂ ਉਸ ਟਾਈਮ ਕੋਈ ਧਰਮ ਨਹੀਂ ਸੀ ਦੂਜੇ ਨੰਬਰ ਦੇ ਉੱਤੇ ਇਹਨਾਂ ਦੇ ਪਹਿਰਾਵੇ ਤੋਂ ਤੂੰ ਪਛਾਣ ਸਕਦਾ ਕੌਣ ਕਿੱਥੋਂ ਕਿਵੇਂ ਬਿਲੋਂਗ ਕਰਦਾ ਜਿਦ ਤੱਕ ਘਗਰੀਆਂ ਪਾਇਆਂ ਕਾਲੇ ਰੰਗ ਦੀਆਂ ਲੰਬੀਆਂ ਤਾਂ ਤੁਰਕੇਸ਼ਾ ਜੇ ਕਲਰ ਦੇ ਵਿੱਚ ਗੋਰੇ ਆ ਪਹਿਰਾਵਾ ਗੋਰਿਆਂ ਵਾਲਾ ਤਾਂ ਉਸ ਕੰਟਰੀ ਦੇ ਇੱਕ ਦੇਸੀ ਲੋਕ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਬਲਗਰੀਅਨ ਬਣ ਜਾ ਰਹੇ ਆ ਰਮੀਨੀਆਂ ਬਣ ਜਾ ਰਹੇ ਆ ਇਹਨਾਂ ਚ ਕਿਹੜੀਆਂ-ਕਿਹੜੀਆਂ ਜਾਤੀਆਂ ਪਹਿਚਾਰੀ ਜਿਹੜੇ ਬਲਗੇਰੀਆ ਰਮਾਨੀਆਂ ਜੌਰਜੀਆ 35 ਵੀ ਇਹਨਾਂ ਚ ਆਉਂਦੇ ਆ ਸ਼ਾਇਦ ਨੂੰ 35 ਬਾਰੇ ਨਹੀਂ ਪਤਾ ਹੋਣਾ ਜਿਹੜੇ 1100 ਸਾਲ ਪਹਿਲਾਂ ਰਸ਼ੀਆ ਆਪਣਾ ਗ੍ਰੀਸ਼ ਢਕੇ ਰਸ਼ੀਆ ਜੌਰਜੀਆ ਤੇ ਆਪਣੇ ਤੁਰਕੀ ਦੇ ਵਿੱਚ बसे ਪਰ ਉਸ ਸਮੇਂ ਤੋਂ ਪਹਿਲਾਂ ਉਹਨਾਂ ਦਾ ਪਛੋਕਰ ਇੰਡੀਆ ਨਾਲ ਕਿਤੇ ਵੀ ਨਹੀਂ ਮਿਲਦਾ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਸੰਸਕ੍ਰਿਤ ਇਹ ਹੀ ਪੋਸਟ ਜੇਕਰ ਮੈਂ ਹਿੰਦੀ 'ਚ ਪਾਈ ਹੁੰਦੀ ਤਾਂ ਤੁਹਾਨੂੰ ਜਵਾਬ ਦੇਣ ਵਾਲੇ 50 ਜਣੇ ਸਨ ਕਿਉਂਕਿ ਜਿੰਨਾ ਕੇਰਲਾ ਜਿੰਨੇ ਡਾਕਟਰ ਇਹ ਸਾਰੇ ਵਾਲਕਨ ਕੰਟਰੀਆਂ ਦੇ ਵਿੱਚ ਬੈਠੇ ਆ ਇਹ ਸਾਰਿਆਂ ਦੀ ਹਾਇਰ ਐਜੂਕੇਸ਼ਨ ਆ ਠੀਕ ਹੈ ਨ ਵੀਰੇ ਅ ਬਾਕੀ YouTube ਦਾ ਤਾਂ ਬਹੁਤ ਚੀਜ਼ਾਂ ਚੈੱਕ ਕਰ ਸਕਦਾ ਸੈਲਨ ਬ੍ਰਾਈਟ ਇੱਕ ਵਾਰੀ ਚੈੱਕ ਕਰ 17 ਗੋਰਾ ਲਿਖ ਕੇ ਤਨ ਪੂਰੀ ਇਨਫੋਰਮੇਸ਼ਨ ਮਿਲੂਗੀ ਫਿਰ ਅਸੀਂ ਪੰਜਾਬੀ ਆ